ਸਮਰਾਲਾ 'ਚ ਦਾਦੀ ਵੱਲੋਂ ਆਪਣੇ ਹੀ 2 ਮਹੀਨੇ ਦੇ ਪੋਤੇ 'ਤੇ ਗਰਮ ਸਬਜ਼ੀ ਪਾ ਕੇ ਫੂਕਣ ਦਾ ਮਾਮਲਾ ਸਾਹਮਣੇ ਆਇਆ। ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਬੱਚੇ ਕਰਨਵੀਰ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰਾ ਬੱਚਾ ਮਹਿਜ 2 ਮਹੀਨੇ ਦਾ ਹੈ ਅਤੇ ਕੱਲ੍ਹ ਉਸਦੀ ਮਤਰੇਈ ਸੱਸ ਨੇ ਉਸਦੇ ਬੱਚੇ 'ਤੇ ਘਰ 'ਚ ਲੜਾਈ ਦੌਰਾਨ ਗਰਮ ਸਬਜ਼ੀ ਪਾ ਦਿੱਤੀ ਕਿਉਂਕਿ ਉਹ ਸਾਨੂੰ ਘਰ 'ਚੋਂ ਬਾਹਰ ਕੱਢਣਾ ਚਾਹੁੰਦੀ ਹੈ ਤਾਂ ਜੋ ਉਹ ਪਿੱਛੋਂ ਲਿਆਂਦੇ ਬੱਚਿਆਂ ਨੂੰ ਮੇਰੇ ਸਹੁਰੇ ਦੀ ਜਾਇਦਾਦ ਦੇ ਸਕੇ। ਇਸ ਲਈ ਹਮੇਸ਼ਾ ਸਾਡੇ ਨਾਲ ਲੜਾਈ ਰਹਿੰਦੀ ਹੈ। ਪੀੜਤ ਬੱਚੇ ਦੀ ਮਾਂ ਨੇ ਦੱਸਿਆ ਕਿ ਅਸੀਂ ਪਹਿਲਾਂ ਘਰ ਤੋਂ ਬਾਹਰ ਕਿਰਾਏ 'ਤੇ ਰਹਿੰਦੇ ਸੀ ਅਤੇ ਜਦੋਂ ਤੋਂ ਆਪਣੇ ਘਰ ਆ ਕੇ ਰਹਿਣ ਲੱਗੇ ਉਦੋਂ ਤੋਂ ਸੱਸ ਸਾਡੇ ਨਾਲ ਲੜਦੀ ਰਹਿੰਦੀ ਹੈ ਅਤੇ ਕੋਈ ਨਾ ਕੋਈ ਬਹਾਨਾ ਬਣਾ ਕੇ ਸਾਨੂੰ ਬਾਹਰ ਕੱਢਣ ਦਾ ਯਤਨ ਕਰਦੀ ਹੈ। ਪੀੜਤ ਬੱਚੇ ਦੀ ਮਾਂ ਨੇ ਸੱਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਮੇਰਾ ਦਿਓਰ ਆ ਕੇ 6 ਵਜੇ ਰੋਜ਼ ਬੋਲਣ ਲੱਗ ਗਿਆ, ਗਾਲਾਂ ਕੱਢਣ ਲੱਗ ਗਿਆ। ਪਹਿਲਾਂ ਮੈਨੂੰ ਗਾਲਾਂ ਕੱਢੀਆਂ, ਮੇਰੇ ਹਸਬੈਂਡ 7:30 ਵਜੇ ਘਰ ਆ, ਫਿਰ ਉਹਨਾਂ ਨਾਲ ਕਲੇਸ਼ ਕਰਨਾ। ਮੈਂ ਰੋਟੀ ਪਾ ਰਹੀ ਸੀ, ਮੇਰੀ ਰੋਟੀ ਪਾ ਕੇ ਮੇਰੇ ਘਰ ਵਾਲੇ ਨੂੰ ਗਾਲਾਂ ਕੱਢ ਕੇ ਫਿਰ ਉਹਨੂੰ ਫੜ ਲਿਆ ਅਤੇ ਮੇਰੀ ਸੱਸ ਨੇ ਮੇਰੀ ਮਤਲਬ ਮੁੰਡੇ ਲੱਤ ਮਾਰ ਕੇ ਸਬਜ਼ੀ 'ਚ ਮਾਰਿਆ ਨੂੰ ਭਗਾ ਕੇ, ਰੋਟੀ ਪਾਈ ਹੋਈ ਸੀ ਮੰਜੇ 'ਤੇ। ਕਿੰਨਾ ਕੁ ਬੱਚੇ ਦਾ ਜਿਹੜਾ ਹੋਇਆ ਹੈਗਾ ਸਬਜ਼ੀ ਨਾਲ ਚਲਿਆ? ਇਹਦੀ ਸਾਰੀ ਬਾਂਹ ਜਲ ਗਈ ਅਤੇ ਪਿੱਠ ਜਲ ਗਈ ਪਿੱਛੇ ਤੋਂ। ਕੀ ਜਿਹੜੀ ਸੱਸ ਹੈ ਕੀ ਇਹਦੀ ਸਰਦੀ ਕੀ? ਨਹੀਂ, ਮਤੇਈ ਸੱਸ ਹੈ ਜੀ, ਪਿਆ ਮਤੇਈ ਸੱਸ ਹੈ, ਪਿੱਛੋਂ ਮਿਲ ਕੇ ਪੈ ਦੂਜੀ ਘਰ ਵਾਲੀ ਮੇਰੇ ਸਹੁਰੇ ਦੀ। ਅੱਗੇ ਵੀ ਕਦੇ ਲੜਾਈ ਹੁੰਦੀ ਹੈ? ਹਾਂਜੀ, ਅੱਗੇ ਵੀ ਹੁੰਦੀ। ਮੈਂ ਪਹਿਲਾਂ ਵੀ 3 ਸਾਲ ਮੈਂ ਬਾਹਰ ਕੱਟ ਕੇ ਆਈ ਹਾਂ ਕਿਰਾਏ 'ਤੇ, ਉਹ ਵੀ ਜਦ ਮੇਰੇ ਕੁੜੀ ਨੇ ਬੇਟੀ ਨੇ ਹੋਣਾ ਸੀ, ਜਦ ਵੀ ਮੈਨੂੰ ਤੰਗ ਪਰੇਸ਼ਾਨ ਕਰਿਆ ਇਹਨਾਂ ਨੇ। ਕੀ ਇੱਕ ਬੱਚੇ ਦੇ ਛੋਟੇ ਦੇ ਤੱਸ ਧੋਣਾ ਜਾਂ ਕੀ ਹੈਗਾ, ਤੁਹਾਨੂੰ ਕੀ ਲੱਗਦਾ? ਮੈਂ ਤਾਂ ਤੁਹਾਨੂੰ ਬਸ ਮੈਨੂੰ ਜਿਹੜੀ ਸਜ਼ਾ ਬਣਦੀ ਹੈ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਖਿਲਾਫ਼। ਉੱਧਰ ਸਮਰਾਲਾ ਥਾਣਾ ਦੇ SHO ਨੇ ਦੱਸਿਆ ਕਿ ਉਹਨਾਂ ਨੂੰ ਇੱਕ ਜਾਣਕਾਰੀ ਆਈ ਸੀ ਕਿ ਅਜਲੌਤ ਪਿੰਡ ਦਾ 2 ਮਹੀਨੇ ਦਾ ਬੱਚਾ ਕਰਨਵੀਰ ਪੁੱਤਰ ਸੰਦੀਪ ਸਿੰਘ ਉੱਤੇ ਗਰਮ ਸਬਜ਼ੀ ਪੈਣ ਨਾਲ ਚੱਲ ਗਿਆ, ਜੋ ਕਿ ਚਿਰੇ ਇਲਾਜ ਹੈ। SHO ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਬੱਚਾ 2.5 ਮਹੀਨੇ ਦਾ, ਕਰਨਵੀਰ ਸਿੰਘ ਨਾਮ ਦਾ, ਸਾਨਵ ਸੰਦੀਪ ਸਿੰਘ, ਪਿੰਡ ਅਜਲੌਤ। ਉਹਦੇ ਰਾਤ ਪਤਾ ਲੱਗਿਆ ਸਬਜ਼ੀ ਦੇ ਵਿੱਚ ਉਹਦੀ ਬਾਂਹ ਲੱਗਣ ਨਾਲ ਜਾਂ ਸਬਜ਼ੀ ਪੈਣ ਨਾਲ ਉਹਦੇ ਬਾਂਹ ਦੇ ਉੱਪਰ ਕਾਫ਼ੀ ਜ਼ਿਆਦਾ ਆਪਣੇ ਧੱਫੜ ਹੋ ਗਿਆ ਅਤੇ ਪਲੱਸ ਉਹ ਛਾਲਾ ਟਾਈਪ ਹੋ ਗਿਆ ਜਿਹੜਾ ਦਾਖਲ ਆ। ਫਿਰ ਉਹਦੇ ਫਾਦਰ ਨੇ ਦੱਸਿਆ ਵੀ ਉਹਦਾ ਜਿਹੜੀ ਹੈਗਾ ਮਤਰੇਈ ਮਾਂ ਅਤੇ ਉਹਦੇ ਬੇਟੇ ਨੇ ਉਹਨੂੰ ਧੱਕਾ ਮੁੱਕੀ ਕੀਤੀ ਜਾਂ ਸਬਜ਼ੀ ਸੁੱਟਿਆ, ਅਤੇ ਉਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ। ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਹੋਈ ਕਰਦਾ।